ਵੀ ਅਸੀਂ ਆ ਰਹੇ ਹਾਂ। ਐ ਮੈਂ ਤੁਹਾਨੂੰ ਜੀ ਇਹ ਸਟੇਸ਼ਨ ਕੁਛ ਨਵਾਂ ਵੀ ਬਣਾ ਦਿੱਤਾ ਗਿਆ, ਕਹਿ ਨਹੀਂ ਲੱਗਿਆ ਸੀ ਕਿ ਸਟੇਸ਼ਨ ਲੱਗਦਾ ਪਿਆ ਇਹ। ਪੇਂਟ ਪੂੰਟ ਨਵਾਂ ਆ ਤੇ ਐ ਉਹ ਸਟੇਸ਼ਨ ਹੈ ਟੋਬੇ ਵਾਲਾ, ਜਿੱਥੇ ਜਿਹੜਾ ਪਾਣੀ ਪਿਲਾਉਣਾ ਉਹਨਾਂ ਨੂੰ ਪਾਣੀ ਪਿਲਾਉਣਾ ਫਿਰ ਉਹਨਾਂ ਨੂੰ ਅੱਗੇ ਤੋਰ। ਆਓ ਫਿਰ ਜਗ੍ਹਾ ਵੇਖਦੇ ਵੀ ਆ, ਜਗ੍ਹਾ ਤੁਹਾਨੂੰ ਦਿਖਾਉਂਦੇ ਆ। ਮੈਂ ਗੱਲ ਦੱਸਣਾ ਤਾਂ ਨਾਮ ਬਿਆ ਟੋਬਾ ਡੇਕ ਸੀ, ਸਾਰੇ ਤੇ ਸਾਰੀ ਮੁਸ਼ਕਿਲ ਸੀ ਤੇ ਮੰਡੀ ਲੈਲਪੁਰ ਸੀ ਤੇ ਇਹ ਸਾਰਾ ਇਲਾਕਾ ਬਾਹਰ ਦਾ ਜਿਹੜਾ ਸੀ ਨਾ ਪੈਦਲ ਇੱਥੋਂ ਗੱਡੀਆਂ ਦੇ ਉੱਤੇ ਸਫ਼ਰ ਕਰਦਾ ਸੀ ਤੇ ਉਹ ਇੱਥੇ ਜਿਹੜਾ ਹੈਗਾ ਨਾ ਆਪਣੇ ਜਾਨਵਰਾਂ ਨੂੰ ਵੀ ਤੇ ਇਨਸਾਨ ਵੀ ਜਿਹੜੇ ਬਹਿ ਕੇ ਪਾਣੀ ਪੀਂਦੇ ਤੇ ਬੜਾ ਨੇਕ ਆਦਮੀ ਸੀ ਜਿਹੜਾ ਲੋਕਾਂ ਨੂੰ ਪਾਣੀ ਪਿਆ। ਕੀ ਬਾਤ ਜੀ, ਮੰਡੀ ਇੱਕ ਜੀਪ ਕਾਲੀ ਹੋਵੇ ਨਹੀਂ ਸਪੀਡ 40 ਬੀਟ ਇੰਟੈਂਸ ਵਾਲੀ ਫੇਰ ਗਮ ਸੈਟਿਆ। ਹੇ ਗਾਇਸ, ਵੈਲਕਮ ਬੈਕ ਟੂ ਅਵਰ ਚੈਨਲ ਜਨਾਬ ਪੰਜਾਬੀ ਰੀਅਲ ਟੀਵੀ ਤੇ ਮੈਂ ਤੁਹਾਡਾ ਦੋਸਤ ਨਿਮੀਤ ਸਿੰਘ। ਸੋ ਅੱਜ ਜਿਹੜੀ ਆਪਾਂ ਵੀਡੀਓ ਦੀ ਗੱਲ ਕਰਨ ਲੱਗੇ ਇਹ ਹੈਗੀ ਆ ਟੋਬਾ ਟੇਕ ਸਿੰਘ ਤੋਂ। ਟੋਬਾ ਟੇਕ ਸਿੰਘ ਤੋਂ ਬਹੁਤ ਸਾਰੇ ਆਪਣੇ ਸਬਸਕ੍ਰਾਈਬਰਸ ਹੈ, ਆਪਾਂ ਦੋ ਤਿੰਨ ਵੀਡੀਓਜ਼ ਵੀ ਅਪਲੋਡ ਕੀਤੀਆਂ। ਹੁਣ ਜਿਹੜਾ ਪੰਜਾਬੀ ਟਰੈਵਲ ਕਪਲ ਵਾਲਾ ਵਲੋਗ ਕਪਲ ਹੈ, ਸ਼ੁਰੀਪਨ ਅਤੇ ਖੁਸ਼ੀ ਅਤੇ ਨਾਸਰ ਅਤੇ ਲੋਵੀਰਾ ਪੰਜਾਬੀ ਲਹਿਰ ਤੋਂ, ਉਹ ਗਏ ਸੀ ਕਿਤੇ ਸ਼ਾਇਦ ਉੱਧਰ ਨੂੰ ਅਤੇ ਉਹ ਟਾਈਟਲ ਕੀ ਸੀਗਾ, ਖੜ ਜਾਓ ਮੈਂ ਪੜ੍ਹਦਾ ਯਾਰ, ਮੈਂ ਭੁੱਲ ਗਿਆ। ਟਾਈਟਲ ਹੈਗਾ ਮਹਾ ਸਿੰਘ ਮੰਟੋ ਅਤੇ ਟੇਕ ਸਿੰਘ ਦੀ ਕਹਾਣੀ। ਇਹ ਜਿਹੜਾ ਟੋਬਾ ਟੇਕ ਸਿੰਘ ਦੇ ਜਿਹਦੇ ਨਾਮ 'ਤੇ ਮਤਲਬ ਤੁਹਾਡਾ ਸ਼ਹਿਰ ਵਸਿਆ, ਉਹਦੀ ਕੀ ਕਹਾਣੀ ਆ ਉਹ ਦੇਖਦੇ ਹਾਂ। ਵਧੀਆ ਵਲੋਗ ਆਉਣ ਵਾਲਾ, ਪੂਰਾ ਦੇਖਿਓ ਐਂਡ ਤੱਕ। ਅਤੇ ਜਿਹੜੇ ਜਿਹੜੇ ਬੰਦਾ ਟੋਬਾ ਟੇਕ ਸਿੰਘ ਤੋਂ ਆਪਦੀ ਹਾਜ਼ਰੀ ਲਵਾ ਦਿਓ, ਹੱਥ ਖੜ੍ਹੇ ਕਰ ਦਿਓ, ਫਿਰ ਨਾ ਕਿਉਂਕਿ ਮਾਸਟਰ ਜੀ ਦਾ ਗੁੱਸਾ ਬੜਾ ਭੈੜਾ। ਚਲੋ ਆਓ ਦੇਖੀਏ ਯਾਰ, ਮਜ਼ਾਕ ਸੀ। ਫੋਟੋ ਬਣਾ ਦੇ, ਲਓ ਜੀ ਚਾਹ ਲਈ ਪਿਆਲੀਆਂ ਪੀ ਆਪਾਂ, ਆਵੇ ਠੀਕ ਹੋ ਗਿਆ। ਹੁਣ ਭਾਈ ਸਾਹਿਬ ਨੇ ਮੰਗਾ ਲਿਆ ਸਾਡੇ ਵਾਸਤੇ, ਕੀ ਮੰਗਾਇਆ? ਕਿਨੂ ਕਿਨੂ ਕਿਨੂਆਂ ਦੀ ਪੇਟੀ, ਚਾਹ ਦੇ ਵਾਲ ਕਿਨੂ, ਅੱਛਾ ਪੇਟੀ ਮੰਗਾ ਲਈ, ਠੀਕ ਹੈ। ਤੇਰੇ ਪਨ ਨੂੰ ਰਿਆ ਨਹੀਂ ਯਾਦ ਤੇ ਅਸੀਂ ਪਹਿਲੇ ਕਰ ਲਈ ਗੱਲ ਇਹ ਵੀ ਤੇ ਢਾਬੇ ਤੇ ਲੱਗਦਾ ਰੁਕੇ ਆ, ਤੇ ਇਹ ਢਾਬਾ ਤੇ ਚੱਲ ਰਿਹਾ ਖਾਣ ਪੀਣ ਦਾ ਨਾ ਰੋਡ ਦੇ ਉੱਤੇ, ਸਾਡੇ ਵੀ ਇਦਾਂ ਹੀ ਚੱਲਦੇ ਭਾਜੀ ਇੱਧਰ, ਚੱਲ ਠੀਕ ਠਾਕ ਲੱਗਾ। ਕੀ ਨਾ ਹੀ ਮੁਖਤਾਰ ਅਲੀ ਦੋਸਤਾ, ਮੁਖਤਾਰ ਕਿੱਥੋਂ ਦੇ ਭਾਈ ਸਾਹਿਬ? ਟੋਬਾ ਟੇਕ ਸੇ, ਟੋਬੇ ਦੇ ਠੀਕ ਹੈ ਠੀਕ। ਆ ਬੰਦੇ ਦੀ ਸਪੀਡ ਦੇਖੋ, ਆਹ ਰੋਟੀਆਂ ਮੇਰੇ ਕਿੱਡੀ ਕਿੱਡੀਆਂ ਵੱਡੀਆਂ, ਸਹੀ ਹੈ ਸਹੀ ਹੈ। ਢਾਬਾ ਪੂਰਾ ਮਸਾਲੇ ਮਸੂਲੇ ਲਾ ਰਹੇ ਨੇ, ਕੀ ਹਾਲ ਚਾਲ ਹੈ? ਇਹ ਕੀ ਬਣਾਇਆ? ਆਲੂ ਮਟਰ ਗਾਜਰ, ਆਲੂ ਮਟਰ ਗਾਜਰ। ਹਾਂ ਸਾਹਿਬ ਕਹਾਂ, ਕਿੱਥੋਂ ਤੁਸੀਂ? ਮੈਂ ਨੌਸ਼ਹਿਰਾ ਕਰਨ ਵਾਲਾ, ਪਿਸ਼ਾਵਰ। ਪਠਾਨੀ ਲੱਗ ਰਿਹਾ, ਹਾਂ ਪਿਸ਼ਾਵਰ ਤੋਂ ਹੈ ਪਠਾਨ। ਆ ਸਾਡੇ ਦੋਸਤ ਨੇ ਭਾਈ ਸਾਹਿਬ, ਅਸਲਾਮ ਅਲੈਕੁਮ ਜੀ ਸਰ, ਕੀ ਹਾਲ ਹੈ? ਠੀਕ ਹੋ? ਮਿਹਰਬਾਨੀ ਬੱਲੇ ਵੀ ਬੱਲੇ, ਫੁੱਲਾਂ ਨਾਲ ਸਵਾਗਤ ਕਰਦੇ ਫਿਰ ਹੈ, ਸਾਡਾ ਵੀ ਆਈ ਕਰੋਗੇ ਜਦੋਂ ਅਸੀਂ ਆਵਾਂਗੇ। ਠੀਕ ਠਾਕ ਹੋ? ਵਧੀਆ, ਸ਼ੁਕਰੀਆ ਜੀ। ਜੀ ਜੀ ਮਿਹਰਬਾਨੀ, ਸਲਾਮ ਅਲੈਕੁਮ ਭਾਈ, ਕੀ ਹਾਲ? ਹੋਰ ਠੀਕ ਹੋ? ਸਲਾਮ ਅਲੈਕੁਮ ਮਾਜੀ, ਕੀ ਹਾਲ ਜੀ? ਸਿਹਤ ਠੀਕ ਤੁਹਾਡੀ? ਆ ਚੱਕਾ ਗੁਲਾਬ ਜਾਮਾ, ਰਸਗੁੱਲੇ, ਬਰਫੀ, ਖਰਾ ਮਿੱਠਾ। ਵਾਲੇਕੁਮ ਸਲਾਮ ਯਾਰ, ਮਿੱਠਾ ਮੈਥੋਂ ਨਹੀਂ ਖਾਧਾ ਜਾਂਦਾ, ਮੈਂ ਆ ਲੈਂਦਾ। ਇਹ ਵਾਲਦਾ ਸਾਡੇ ਜੀ, ਇਹ ਜਲੰਧਰ ਤੋਂ ਲੁਧਿਆਣੇ ਤੋਂ, ਅੱਛਾ ਅੱਛਾ, ਲੁਧਿਆਣੇ ਤੋਂ 5 ਸਾਲ ਦੀ ਉਮਰ ਸੀ ਜਦੋਂ ਉਧਰੋਂ ਆਇਆ ਹੈ, ਬੇਟਾ ਮੇਰਾ ਉੱਥੇ ਜਾ ਕੇ ਆਇਆ ਹਿੰਦੁਸਤਾਨ ਵਿੱਚ। ਬੜੇ ਕਹਿੰਦੇ ਉਹਨਾਂ ਨੂੰ ਸਾਡੀ ਸੇਵਾ ਕਰੀਏ, ਬੜੇ ਕਰੀਆ, ਹੁਣੇ ਆਏ ਆ ਇਹਦੇ ਹਿੰਦੁਸਤਾਨ ਚ, ਬਹੁਤ ਜ਼ਿਆਦਾ ਕੀ ਬਾਤ ਹੈ। ਅੱਛਾ ਦੋ ਦੋ ਹਾਂਜੀ, ਮਿਲ ਕੇ ਅੱਛਾ, ਸਾਰੇ ਲੈ ਕੇ ਆਏ ਜੀ, ਮਿਹਰਬਾਨੀ ਜੀ ਮਿਹਰਬਾਨੀ। ਕੌਣ ਕੌਣ ਗਿਆ ਸੀ? ਉਹ ਭਾਜੀ ਨੂੰ ਫੁੱਲਾਂ ਨਾਲ ਲਾ ਦਿੱਤਾ ਹੈ, ਹਾਰ ਫੁੱਲਾਂ ਦੇ। ਮੈਂ ਤੁਸੀਂ ਕਦ ਨਾਲ ਗਏ ਸਰ? ਪਿਲਗ੍ਰਿਮ ਵੀਜ਼ਾ, ਅੱਛਾ ਅੱਛਾ,
ਚਾਚਾ ਮੇਰਾ ਵੀ ਗਿਆ ਸੀ ਨਾਲ। ਅੱਛਾ ਅੰਮਾ ਜੀ ਅਕਰਮ ਦਾੜੀ ਵਾਲਾ ਸ਼ਾਇਦ ਦੇਖਿਆ ਹੋਵੇ। ਇਹ ਵਲੌਗ ਦੇਖਦੇ ਆ ਜੀ। ਹਾਂ ਇਹ ਲੈ ਕੇ ਆਇਆ ਸਪੈਸ਼ਲ ਤੁਸੀਂ ਮਾਂ ਜੀ ਗਏ ਸੋ ਤੁਸੀਂ ਵੀ ਗਏ ਸੋ ਇਹਨੇ ਲੈ ਕੇ ਜਾਓ ਯਾਰ ਇਹਨਾਂ ਨੂੰ ਜਿੰਨਾ ਨਾ ਹਿਸਟਰੀ ਚ ਟੋਭਾ ਟੇਕ ਸਿੰਘ ਬਾਰੇ ਸੁਣਿਆ ਸੀਗਾ ਉਦੋਂ ਕਿਤੇ ਜ਼ਿਆਦਾ ਦਿਲ ਖੋਲ ਕੇ ਸਵਾਗਤ ਕੀਤਾ ਇਹਨਾਂ ਨੇ ਤੇ ਬੜਾ ਮਨ ਖੁਸ਼ ਹੋ ਗਿਆ। ਯਾਰ ਇਹੀ ਗੱਲ ਜਿਹੜੀ ਬਹੁਤ ਵੱਡੀ ਹੁੰਦੀ ਹੈ ਕਿ ਕਿਸੇ ਇੱਧਰਲੇ ਬੰਦੇ ਦੇ ਨਾਮ ਤੇ ਉੱਧਰਲਾ ਕੋਈ ਪਿੰਡ ਸ਼ਹਿਰ ਵਸਿਆ ਹਨਾ ਬਹੁਤ ਵੱਡੀ ਗੱਲ ਹੈ। ਨਹੀਂ ਤਾਂ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਉਹ ਚੇਂਜ ਕਰ ਦਿੰਦੇ ਆ ਨਾਮ ਉਹ ਇਹ ਕਈਆਂ ਥਾਵਾਂ ਤੇ ਚੇਂਜ ਵੀ ਹੋਇਆ ਪਰ ਇਹ ਵਧੀਆ ਗੱਲ ਹੈ ਕਿ ਇਹਨਾਂ ਨੇ ਸਾਂਭ ਕੇ ਰੱਖਿਆ ਸਾਰੇ ਜੀ ਖਲੋਤੇ ਜਿਹੜੇ ਆਏ ਇਹਨਾਂ ਨੂੰ ਦੋਸਤ ਇਹ ਵੈਲਕਮ ਕਰਨ ਲਈ ਯਾਰ ਕਿਉਂਕਿ ਅਸੀਂ ਵੈਦ ਭਾਈ ਨੂੰ ਦੱਸਿਆ ਸੀ ਵੀ ਅਸੀਂ ਆ ਰਹੇ ਹਾਂ ਐ ਮੈਂ ਤੁਹਾਨੂੰ ਜੀ ਇਹ ਸਟੇਸ਼ਨ ਕੁਛ ਨਵਾਂ ਹੀ ਬਣਾ ਦਿੱਤਾ ਗਿਆ ਕਹਿ ਨਹੀਂ ਲੱਗਿਆ ਸੀ ਕਿ ਸਟੇਸ਼ਨ ਲੱਗਦਾ ਪਿਆ ਇਹ ਪੇਂਟ ਪੂੰਟ ਨਵਾਂ ਆ ਤੇ ਐ ਉਹ ਸਟੇਸ਼ਨ ਹੈ ਟੋਬੇ ਵਾਲਾ ਸਟੇਸ਼ਨ ਆਪਣੇ ਇੰਡੀਆ ਪਾਕਿਸਤਾਨ ਚ ਸੇਮ ਹੀ ਹੈ ਜਿਹੜੇ ਪੁਰਾਣੇ ਦੌਰ ਦਾ ਸ਼ਹਿਰਾਂ ਪਿੰਡਾਂ ਦੇ ਜਿਹੜੇ ਪੁਰਾਣੇ ਸਟੇਸ਼ਨ ਆ ਹਰ ਚੀਜ਼ ਉਸੇ ਤਰ੍ਹਾਂ ਹੀ ਆ ਟਿਕਟ ਘਰ ਆ ਆਪਣੇ ਟਾਈਮ ਦੀ ਜਿਹੜੀ ਉਹ ਯਾਦ ਤਾਜ਼ਾ ਕਰਦੇ ਆ ਸਾਡੇ ਵੀ ਕਈ ਥਾਵਾਂ ਤੇ ਇਦਾਂ ਦੇ ਸਟੇਸ਼ਨ ਉਦਾਂ ਹੀ ਬਰਕਰਾਰ ਹੈ ਪੁਰਾਣੇ ਟਿਕਟ ਘਰ ਸਾਰਾ ਕੁਝ ਸੇਮ ਉਸੇ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਬੜੀ ਸੌਖੀ ਹੋ ਗਈ ਸੀ ਉਹਦੇ ਨਾਲ ਤੇ ਜੇ ਗੋਰੇ ਨਾ ਆਉਂਦੇ ਆਪਣੇ ਇੱਧਰ ਤੇ ਰੇਲਾਂ ਕੀ ਵਿਛਣੀਆਂ ਸੀਗੀਆਂ ਸੋਚ ਕੇ ਦੇਖਿਓ ਕਦੇ ਵੀ ਵਿਛਣੀਆਂ ਸੀ ਜਾਂ ਨਹੀਂ ਜੇ ਵਿਛਦੀਆਂ ਤਾਂ ਕਿੰਨੀਆਂ ਲੇਟ ਵਿਛਦੀਆਂ ਫਰਕ ਪੈਣਾ ਸੀ। ਹੋਰ ਵੀ ਬੜੀਆਂ ਸਾਰੀਆਂ ਇੱਦਾਂ ਦੀਆਂ ਟੈਕਨੋਲੋਜੀਜ਼ ਹੈ ਜਿਹੜੀਆਂ ਅੰਗਰੇਜ਼ ਆਪਾਂ ਨੂੰ ਦੇ ਕੇ ਗਏ ਹੈ ਉਹਨਾਂ ਦੇ ਆਪਾਂ ਗੁਲਾਮੀ ਜ਼ਰੂਰ ਕੀਤੀ ਹੈ ਪਰ ਉਹਨਾਂ ਨੇ ਸਵਾਰਿਆ ਵੀ ਬਹੁਤ ਕੁਛ ਹੈ ਇਹ ਮੈਨੂੰ ਨਹੀਂ ਪਤਾ ਇਹ ਫੈਕਟ ਹੈ ਬਈ ਸਵਾਰਿਆ ਉਹਨਾਂ ਨੇ ਬਹੁਤ ਕੁਛ ਹੈ ਸਾਰੇ ਆ ਰਹੇ ਆ ਸਰਦਾਰ ਹੋਣਾ ਦਾ ਵੈਲਕਮ ਕਰਨ ਵਾਸਤੇ ਇਹ ਜੀ ਸਟੇਸ਼ਨ ਦਾ ਇਹ ਨੈਬ ਸਟੇਸ਼ਨ ਮਾਸਟਰ ਦਾ ਦਫ਼ਤਰ ਹੈ ਜੀ ਇਹ ਸਟੇਸ਼ਨ ਮਾਸਟਰ ਇੱਧਰ ਆਹ ਜਿਹੜਾ ਲੱਗੇ ਆ ਇੰਤਜ਼ਾਰ ਗਾਹ ਏ ਸੀ ਲੋਇਰ ਮਰਦਾਨਾ ਜੈਂਟਸ ਆ ਇੰਤਜ਼ਾਰ ਗਾਹ ਏ ਸੀ ਲੋਇਰ
ਜ਼ਨਾਨਾ ਲੇਡੀਜ਼ ਦੀ ਆ ਅਤੇ ਉੱਧਰ ਵਾਲਾ ਜਿਹੜਾ ਉਹ ਜੈਂਟਸ ਦਾ ਸੋਰੀ ਅਤੇ ਆਹ ਪੁਰਾਣੇ ਸਟੇਸ਼ਨ ਦੇ ਨਜ਼ਾਰੇ ਆ ਜੀ ਟੋਬਾ ਟੇਕ ਸਿੰਘ ਦੇ ਆ ਦਫ਼ਤਰ ਰੇਲਵੇ ਪੁਲਿਸ ਆ ਰੇਲਵੇ ਪੁਲਿਸ ਦਾ ਦਫ਼ਤਰ ਇੱਥੇ ਜੀ ਟੋਬਾ ਟੇਕ ਸਿੰਘ ਹਰੀਆਂ ਟ੍ਰੇਨਾਂ ਸਾਡੇ ਨੀਲੀਆਂ ਹੁੰਦੀਆਂ ਬਲੂ ਇਹ ਕਰਾਚੀ ਨੂੰ ਜਾਂਦੀ ਆ ਪਾਕਿਸਤਾਨ ਐਕਸਪ੍ਰੈਸ ਇਹ ਲਾਹੌਰ ਤੋਂ ਕਰਾਚੀ ਨੂੰ ਜਿਹੜੀ ਟ੍ਰੇਨ ਜਾਂਦੀ ਚਾਚਾ ਮੁੱਛਾਲਾ ਟੋਬਾ ਟੇਕ ਸਿੰਘ ਦੀ ਸ਼ੋਰਟ ਜਿਹੇ ਲਫ਼ਜ਼ਾਂ 'ਚ ਹਿਸਟਰੀ ਦੱਸ ਦਿਓ ਇਹ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਇਹ ਜਿਹੜਾ ਟੋਬਾ ਟੇਕ ਸਿੰਘ ਦਾ ਨਾਂ ਪਿਆ ਸੀ ਨਾ ਇੱਕ ਸਿੱਖ ਦੇ ਨਾਂ ਤੋਂ ਪਿਆ ਸੀ ਉਹ ਟੋਬਾ ਜਿਹੜਾ ਸੀਗਾ ਉਹ ਤਲਾ ਸੀਗਾ ਤੇ ਟੇਕ ਜਿਹੜਾ ਸੀਗਾ ਉਹਦੇ ਨਾਂ ਤੋਂ ਬਣਾਇਆ ਗਿਆ ਠੀਕ ਹੈ ਸਿੰਘ ਉਹਦਾ ਨਾਂ ਲਾ ਦਿੱਤਾ ਪਹਿਲੇ ਟੀਕੂ ਦੇ ਨਾਂ ਤੋਂ ਸੀ ਟੋਬਾ ਟੀਕੂ ਸਿੰਘ ਠੀਕ ਹੈ ਫਿਰ ਟੋਬਾ ਟੇਕ ਸਿੰਘ ਰੱਖ ਦਿੱਤਾ ਫਿਰ ਸਾਡੇ ਇੱਥੇ ਜਿਹੜੇ ਸਾਜਰ ਹਜ਼ਰਾਤ ਆ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਵਾ 1982-83 ਦੇ ਵਿੱਚ ਇਹ ਵੀ ਗੱਲ ਆ ਕੇ ਕੀਤੀ ਕਿ ਤੁਸੀਂ ਇਹ ਜਿਹੜਾ ਨਾਮ ਆ ਡੀਸੀ ਸਾਹਿਬ ਨੂੰ ਕਿਹਾ ਕਿ ਤੁਸੀਂ ਚੇਂਜ ਕਰ ਦਿਓ ਲੇਕਿਨ ਡੀਸੀ ਸਾਹਿਬ ਨੇ ਇਹ ਅੱਗਿਓਂ ਕਿਹਾ ਕਿ ਅਗਰ ਇਸ ਤੋਂ ਅੱਛਾ ਕੋਈ ਤੁਹਾਨੂੰ ਨਾਮ ਮਿਲਦਾ ਉਹ ਤੁਸੀਂ ਮੇਰੇ ਕੋਲ ਲੈ ਆਓ ਤੇ ਉਹ ਮੈਂ ਤੁਹਾਨੂੰ ਰਿਕਮੈਂਡ ਕਰ ਦਿੰਦਾ ਲੇਕਿਨ ਉਹ ਨਹੀਂ ਹੋ ਸਕਿਆ ਉਸ ਤੋਂ ਬਾਅਦ ਇਹ ਜਿਹੜਾ ਹਜੇ ਤੱਕ ਵੀ ਟੋਬਾ ਟੇਕ ਸਿੰਘ ਜਿਹੜਾ ਉਹ ਚੱਲਦਾ ਟੋਬੇ ਤੋਂ ਪਾਣੀ ਪਿਲਾਉਂਦੇ ਪਾਣੀ ਪਿਲਾਉਂਦੇ ਬਕਾਇਦਾ ਤਲਾਅ ਵੀ ਆ ਉਹ ਪਾਣੀ ਪਿਲਾਉਂਦੇ ਸੀ ਮੁਸਾਫਰਾਂ ਨੂੰ ਫਿਰ ਇੱਥੇ ਜ਼ਮੀਨੀ ਪਾਣੀ ਕੌੜਾ ਹੋ ਗਿਆ ਕੌੜੇ ਹੋਣ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਪਾਣੀ ਬਾਹਰੋਂ ਲਿਆ ਕੇ ਉਹਨਾਂ ਨੇ ਬੈਲ ਗਾੜੀ ਰੱਖੀ ਸੀ ਬਾਹਰੋਂ ਲਿਆ ਕੇ ਉਹ ਫਿਰ ਜਿੰਨੇ ਮੁਸਾਫਰ ਸੀ ਨਾ ਇਹ ਮੇਨ ਹੈਡ ਸੀਗਾ ਚੌਕ ਜਿਹਨੂੰ ਕਹਿ ਲਓ ਨਾ ਇਹ ਚੌਕ ਸੀ ਉਸ ਦੌਰ ਦਾ ਕੱਚਾ ਚੌਕ ਸੀ ਇੱਥੇ ਜਿੰਨੇ ਵੀ ਮੁਸਾਫਰ ਆਉਂਦੇ ਸੀ ਉਹ ਸਾਰੇ ਆ ਕੇ ਇੱਥੇ ਜਿਹੜਾ ਪਾਣੀ ਪਿਲਾਉਂਦੇ ਸੀ ਉਹਨਾਂ ਨੂੰ ਪਾਣੀ ਪਿਲਾਉਣਾ ਫਿਰ ਉਹਨਾਂ ਨੂੰ ਅੱਗੇ ਤੋਰ ਗੱਡੀਆਂ ਦੇ ਉੱਤੇ ਸਫ਼ਰ ਕਰਦਾ ਸੀ ਤੇ ਉਹ ਇੱਥੇ ਜਿਹੜਾ ਹੈਗਾ ਨਾ ਆਪਣੇ ਜਾਨਵਰਾਂ ਨੂੰ ਵੀ ਤੇ ਇਨਸਾਨ ਵੀ ਜਿਹੜੇ ਬਹਿ ਕੇ ਪਾਣੀ ਪੀਂਦੇ ਤੇ ਬੜਾ ਨੇਕ ਆਦਮੀ ਸੀ ਜਿਹੜਾ ਲੋਕਾਂ ਨੂੰ ਪਾਣੀ ਪਿਲਾਉਂਦਾ ਸਟੇਸ਼ਨ ਤੇ ਬਿਲਕੁਲ ਉਹੀ ਤਸਵੀਰ ਜਿਹੜੀ ਆ ਆਪਣਾ ਪਸ ਮੰਜ਼ਰ ਪੇਸ਼ ਕਰ ਰਹੀ ਹੈ ਕਿ ਟ੍ਰੇਨ ਜਾ ਰਹੀ ਹੈ ਤੇ ਸਰਦਾਰ ਟੀਕੂ ਸਿੰਘ ਜਿਹਦੇ ਨਾਲ ਹੁਣ ਟੇਕ ਸਿੰਘ ਆ ਅੱਛਾ ਨਿੰਮ ਦੇ ਦਰਖਤ ਦੇ ਥੱਲੇ ਬੈਠੇ ਨੇ ਘੜਾ ਤੇ ਆਪਣਾ ਲੈ ਕੇ ਜਿਹਦੇ ਨਾਲ ਲੋਕਾਂ ਨੂੰ ਪਾਣੀ ਪਿਆਉਂਦੇ ਸਨ ਕੀ ਬਾਤ ਹੈ ਬਈ ਦੇਖੋ ਸਭ ਤੋਂ ਵੱਡੀ ਚੀਜ਼ ਹੈ ਇਹ ਕਿਸੇ ਨੂੰ ਕਿਸੇ ਦੀ ਪਿਆਸ ਬੁਝਾਉਣੀ ਨਾ ਅੱਛਾ 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 ਇਹ ਵੇਖੋ ਇੱਕ ਪੁਰਾਣੀ ਤਸਵੀਰ ਆ ਟੋਬਾ ਟੇਕ ਸਿੰਘ ਦੀ ਅੱਜ ਦੀ ਤਸਵੀਰ ਤੇ ਇਹ ਤਸਵੀਰ ਵੇਖ ਲਓ ਸੇਮ ਆ ਹਜੇ ਤੱਕ ਉਹੀ ਸਟੇਸ਼ਨ ਲਓ ਜੀ ਇੱਧਰ ਗੱਲਾਂ ਬਾਤਾਂ ਹੋਣ ਡੀਆਂ ਜਿਹੜੇ ਭਾਈ ਸਾਹਿਬ ਤੇ ਦੂਜੇ ਦੋਸਤ ਨੇ ਗੱਲਾਂ ਕਰ ਲੈਣ ਟੋਬਾ ਟੇਕ ਸਿੰਘ ਦੇ ਬੋਰਡ ਤੋਂ ਨਾਲੇ ਫੋਟੋ ਖਿੱਚੇ ਨੇ ਇਹ ਜਿਹੜਾ ਤੁਹਾਨੂੰ ਨਿੰਮ ਉਹੀ ਨਿੰਮ ਹੈ ਇਹਦੇ ਥੱਲੇ ਜਿਹੜੀ ਹੁਣੇ ਤੁਸੀਂ ਫੋਟੋ ਵੇਖੀ ਆ ਸਰਦਾਰ ਟੇਕ ਸਿੰਘ ਹੁਣਾਂ ਦੀ ਜਿਹਦਾ ਨਾਂ ਤਾਂ ਹੁਣ ਟੋਬਾ ਟੇਕ ਸਿੰਘ ਹੈ ਇਸ ਨਿੰਮ ਥੱਲੇ ਬਹਿ ਕੇ ਆਪਣਾ ਘੜਾ ਲੈ ਕੇ ਜਾਂ ਟੋਬੇ ਤੋਂ ਪਾਣੀ ਭਰ ਕੇ ਪਾਣੀ ਜਿਹੜਾ ਮੁਸਾਫਰਾਂ ਨੂੰ ਪਿਆਉਂਦੇ ਸੀ ਜਿਨ੍ਹਾਂ ਦੇ ਨਾਂ ਤੋਂ ਟੋਬਾ ਕਿੱਥੇ ਆ ਟੋਬਾ ਭਰਤਾ ਹੋਣਾ ਮੇਰੇ ਖਿਆਲ ਕੋਈ ਟੋਬਾ ਉਹਨਾਂ ਦੇ ਨਹੀਂ ਬਾਅਦ 'ਚ ਇਹਨੂੰ ਇੱਥੋਂ ਦੀ ਗਵਰਨਮੈਂਟ ਨੇ ਵੱਡਾ ਕਰਵਾ ਕੇ ਪ੍ਰਿਜ਼ਰਵ ਕਰ ਲਿੱਤਾ ਗਿਆ ਅਤੇ ਉਹ ਸਾਹਮਣੇ ਜਿਹੜੀ ਨਜ਼ਰ ਆਉਂਦੇ ਉਹ ਘੜੇ ਆ ਉਹ ਘੜੇ ਮਤਲਬ ਜਿਹੜੇ ਇੱਥੇ ਉਹਨਾਂ ਨੇ ਉਦੋਂ ਘੜੇ ਰੱਖੇ ਹੁੰਦਾ ਸੀ ਉਹਨਾਂ ਦੀ ਮੁਨਾਸਬਤ ਦੇ ਨਾਲ ਉਹ ਦੋ ਘੜੇ ਬਣਵਾ ਕੇ ਉੱਥੇ ਰੱਖੇ ਆ ਉੱਥੇ ਵੀ ਤੁਹਾਨੂੰ ਲੈ ਕੇ ਚੱਲਦਾ ਆ ਜਾਓ ਉਹੀ ਟੋਬਾ ਅਤੇ ਇਹ ਜਿਹੜੇ ਮੈਂ ਤੁਹਾਨੂੰ ਸਾਹਮਣੇ ਵਿਖਾਇਆ ਸੀ ਉਹੀ ਨੇ ਘੜੇ ਮਤਲਬ ਸਿੰਬੋਲਿਕਲੀ ਬਣਾਏ ਗਏ ਆ ਹੈ ਅਤੇ ਓਰਿਜਨਲ ਨਹੀਂ ਲੇਕਿਨ ਗਵਰਨਮੈਂਟ ਨੇ ਉਸ ਚੀਜ਼ ਨੂੰ ਇੱਕ ਯਾਦ ਰੱਖੀ ਹੈ ਪੋਰਟਰੇ ਕਰਨ ਵਾਸਤੇ ਆਪਣੇ ਉਸੇ ਦੌਰ ਦੀ ਗਵਾਹੀ ਭਰਦਾ
ਕਿਉਂਕਿ ਪਿੱਪਲ ਜਿਹੜੇ ਬੜੇ ਪੁਰਾਣੇ ਹੁੰਦੇ ਆ, ਲੰਮੀਆਂ ਉਮਰ ਵਾਲੇ ਪਿੱਪਲ ਹੁੰਦੇ ਆ, ਤੇ ਉਸ ਤੋਂ ਅੱਗੇ ਖੂਹ ਵੀ ਆ ਕੋਲ, ਇੱਥੇ ਪਹਿਲਾਂ ਵੀ ਖੂਹ ਹੁੰਦਾ ਸੀ ਵੈਸੇ, ਲੇਕਿਨ ਇਹਨਾਂ ਸਿੰਬੋਲਿਕਲੀ ਇੱਕ ਹੋਰ ਖੂਹ ਜਿਹੜਾ ਵਾ ਉਹ ਬਣਾਇਆ ਇੱਥੇ, ਤਾਂ ਕਿ ਯਾਦ ਤਾਜ਼ਾ ਰਹਿ ਸਕੇ। ਬੜੀਆਂ ਯਾਦਾਂ ਸੰਭਾਲ ਕੇ ਰੱਖੀਆਂ ਲੈਂਦੇ ਪੰਜਾਬ ਨੇ। ਸਹੀ ਗੱਲ ਹੈ ਯਾਰ, ਬਿਲਕੁਲ ਸਹੀ ਹੈ। ਮੁਹੱਬਤ ਤੁਹਾਡੀ ਸਾਰਿਆਂ ਦੀ, ਸਾਰਿਆਂ ਨਾਲ ਵੱਧ, ਬਹੁਤ ਤੁਹਾਡੀ ਮਿਹਰਬਾਨੀ, ਸ਼ੁਕਰੀਆ। ਹਾਲਾਂਕਿ ਮੈਨੂੰ ਇਹ ਸੀ ਵੀ ਭਾਈ ਸਾਹਿਬ ਮਿਲਣ ਆਉਣਗੇ, ਤੁਸੀਂ ਤੇ ਮਾਂ ਜੀ ਹੋਣੀ ਸਾਰਿਆਂ ਜੀਆਂ ਨੂੰ। ਸ਼ੁਕਰੀਆ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਫੋਟੋ ਜਿਹੜੇ ਨੇ ਖਿੱਚੇ ਜਾ ਰਹੇ ਨੇ, ਫੋਟੋ ਸੈਸ਼ਨ ਹੋ ਰਿਹਾ। ਸੋ ਦੋਸਤੋ, ਪਿੱਛੇ ਫੋਟੋ ਸੈਸ਼ਨ ਚੱਲ ਰਿਹਾ, ਇਹ ਸਾਡਾ ਅੱਜ ਦਾ ਵੀਲੌਗ ਸੀ। ਹੋਪਫੁਲੀ ਤੁਹਾਨੂੰ ਵਧੀਆ ਲੱਗਾ ਹੋਏਗਾ। ਕੋਸ਼ਿਸ਼ ਕਰਦੇ ਰਹੀ ਦਾ ਕਿ ਤੁਹਾਨੂੰ ਮੁਖਤਲਿਫ ਜਗ੍ਹਾਵਾਂ 'ਤੇ ਲੈ ਕੇ ਪੰਜਾਬ ਦੇ ਕਲਚਰ ਨਾਲ, ਪੰਜਾਬ ਦੀ ਹਿਸਟਰੀ ਨਾਲ, ਪੰਜਾਬ ਦੀ ਤਾਰੀਖ ਨਾਲ, ਜੋ ਸਾਡੇ ਦਾ ਇੱਥੋਂ ਦਾ ਇਤਿਹਾਸ ਉਹਦੇ ਨਾਲ ਜੋੜਦੇ ਰਹੀਏ। ਆਹ ਮੈਂ ਉਸੇ ਟੋਭੇ ਦੇ ਆਲੇ ਦੁਆਲੇ ਫਿਰ ਰਿਹਾ ਜਿੱਥੇ ਟੀਕੂ ਸਿੰਘ ਜਿਹਦਾ ਨਾਂ, ਜਿਹਦਾ ਨਾਂ ਤਾਂ ਟੋਭਾ ਟੇਕ ਸਿੰਘ ਹੈ, ਉਹਦੇ ਉਹ ਮਨਸੂਬ ਸੀ, ਬਾਅਦ 'ਚ ਬਣਾਇਆ ਗਿਆ। ਜਿਨ੍ਹਾਂ ਨੇ ਨਾਵਲ ਪੜ੍ਹਿਆ ਹੈਗਾ ਮੰਟੋ ਸਾਹਿਬ ਦਾ, ਮੰਟੋ ਸਾਹਿਬ ਦੇ ਨਾਵਲ ਦੇ ਵਿੱਚ ਉਹ ਪਾਰਟੀਸ਼ਨ ਦਾ ਦਰਦ ਜਿਹੜਾ ਵਾ ਨਾ, ਉਹ ਜਿਹੜਾ ਉਹਨਾਂ 1955 'ਚ ਲਿਖਿਆ ਪਾਰਟੀਸ਼ਨ ਤੋਂ ਥੋੜ੍ਹੀ ਦੇਰ ਬਾਅਦ, ਕਿ ਉਹ ਬਿਸ਼ਨ ਸਿੰਘ ਨਾਂ ਦਾ ਕਿਰਦਾਰ ਜਿਹੜਾ, ਜਿਹਨਾਂ ਉੱਤੇ ਸਾਰਾ ਨਾਵਲ ਸੀ, ਕਿ ਉਹਨੂੰ ਵਿਖਾਇਆ ਗਿਆ ਵੀ ਉਹ ਕਿਸ ਤਰ੍ਹਾਂ ਆਪਣੇ ਮੁਲਕ ਨੂੰ, ਆਪਣੀ ਧਰਤੀ ਨੂੰ, ਟੋਭਾ ਟੇਕ ਸਿੰਘ ਨੂੰ ਛੱਡ ਕੇ ਜਾਣਾ ਨਹੀਂ ਸੀ ਚਾਹੁੰਦਾ। ਉਹ ਨੋ ਮੈਨਸ ਲੈਂਡ 'ਤੇ ਖੜ੍ਹਾ ਰਿਹਾ, ਅਤੇ ਉੱਥੇ ਉਹਨੇ ਆਪਣੀ ਜ਼ਿੰਦਗੀ ਦੇ ਆਖਰੀ ਜਿਹੜੇ ਨਾ ਸਾਹ ਦਿੱਤੇ, ਉੱਥੇ ਉਹਦੀ ਡੈਥ ਹੋ ਗਈ। ਸੋ ਕਿਤੇ ਨਾ ਕਿਤੇ ਸਾਨੂੰ ਦੱਸਿਆ ਜਾਂਦਾ ਵਾ ਇਹਨਾਂ ਚੀਜ਼ਾਂ ਤੋਂ ਵੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਦਰਦ ਸੀ, ਕਿਸ ਤਰ੍ਹਾਂ ਲੋਕ ਆਪਣੀ ਧਰਤੀ ਨੂੰ, ਆਪਣੀ ਮਿੱਟੀ ਨੂੰ, ਆਪਣੇ ਉਹਨਾਂ ਥਾਵਾਂ ਨੂੰ, ਆਪਣੇ ਉਹਨਾਂ ਘਰਾਂ ਨੂੰ, ਆਪਣੇ ਉਹਨਾਂ ਪਿੰਡਾਂ ਨੂੰ, ਆਪਣੇ ਉਹਨਾਂ ਸ਼ਹਿਰਾਂ ਨੂੰ, ਆਪਣੇ ਉਹਨਾਂ ਲੋਕਾਂ ਨੂੰ, ਆਪਣੇ ਉਹਨਾਂ ਦੋਸਤਾਂ ਨੂੰ ਨਹੀਂ ਸੀ ਛੱਡਣਾ ਚਾਹੁੰਦੇ, ਨਹੀਂ ਸੀ ਜਾਣਾ ਚਾਹੁੰਦੇ। ਸਹੀ ਹੈ ਯਾਰ, ਕਿਸ ਤਰ੍ਹਾਂ ਉਹਨਾਂ ਨਾਲ ਜ਼ਬਰਦਸਤੀ ਕੀਤੀ ਗਈ, ਅਤੇ ਉਹ ਨਾਵਲ ਜਿਹੜਾ ਵਾ ਉਹਦੀ ਅਕਾਸ਼ੀ ਬੜੀ ਭਰਪੂਰ ਅਤੇ ਚੰਗੇ ਤਰੀਕੇ ਨਾਲ ਕਰਦਾ। ਸੋ ਪਾਰਟੀਸ਼ਨ ਹੋ ਗਈ, ਦੋ ਮੁਲਕ ਬਣ ਗਏ, ਉਹਨਾਂ ਲੋਕਾਂ ਨੇ, ਸਾਡੇ ਵੱਡਿਆਂ ਬਜ਼ੁਰਗਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਇੰਨੇ ਉਹਨਾਂ ਨੇ ਦੁੱਖ ਚੱਲੇ, ਕਿ ਜਿਸ ਤਰ੍ਹਾਂ ਉਹਨਾਂ ਦੇ ਨਾਵਲ ਦੇ ਵਿੱਚ, ਮੰਟੋ ਸਾਹਿਬ ਦੇ ਨਾਵਲ 'ਚ ਬਿਸ਼ਨ ਸਿੰਘ ਦੀ ਇੱਕ ਦਾਸਤਾਨ ਜਿਹੜੀ ਰੱਖੀ ਗਈ, ਜੋ ਕਿਸ ਤਰ੍ਹਾਂ ਉਹਨੇ ਨੋ ਮੈਨ ਲੈਂਡ 'ਤੇ ਆਪਣੀ ਜਾਨ ਦੇ ਦਿੱਤੀ, ਜਿਹੜਾ ਆਪਣੀ ਧਰਤੀ ਛੱਡ ਕੇ ਜਾਣਾ ਨਹੀਂ ਸੀ ਚਾਹੁੰਦਾ, ਉਹਨੂੰ ਜ਼ਬਰਦਸਤੀ ਉੱਧਰ ਲਿਜਾਇਆ ਜਾ ਰਿਹਾ ਸੀ, ਫਿਰ ਉਹ ਕਿਸ ਤਰ੍ਹਾਂ ਆਪਣੀ ਉਸ ਧਰਤੀ 'ਤੇ ਜਿੱਥੇ ਉਹਨੂੰ ਭੇਜਿਆ ਜਾ ਰਿਹਾ ਸੀ ਉਹਦੇ ਦਰਮਿਆਨ ਖੜ੍ਹਾ ਰਿਹਾ, ਅਤੇ ਉੱਥੇ ਉਹਨੇ ਜਾ ਰਿਹਾ। ਅਤੇ ਇਸ ਤਰ੍ਹਾਂ ਦੀਆਂ ਬਹੁਤ ਲੱਖਾਂ ਕਹਾਣੀਆਂ, ਹਜ਼ਾਰਾਂ ਲੱਖਾਂ ਕਹਾਣੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਰੂਬਰੂ ਪਹਿਲਾਂ ਪੰਜਾਬੀ ਲਾਈਵ ਚੈਨਲ ਦੇ ਰਾਹੀਂ ਕਰਦੇ ਵੀ ਰਹੀਦਾ। ਅਤੇ ਕੋਸ਼ਿਸ਼ ਵੀ ਇਹ ਵਾ ਵੀ ਜੋ ਮੁਲਕ ਬਣ ਗਏ ਨੇ, ਜਿਵੇਂ ਬਰਲਨ ਦੀ ਦੀਵਾਰ ਡਿੱਗ ਸਕਦੀ ਆ, ਅਤੇ ਸਾਡੀ ਵਾਹਗਾ ਦੀ ਦੀਵਾਰ ਜਿਹੜੀ ਆ ਇਹ ਉਦੋਂ ਹੀ ਕਿਉਂ ਮੁਮਕਿਨ ਆ ਜਦੋਂ ਕਾਰਪੋਰੇਟ ਸੈਕਟਰ 'ਚ ਆਏਗਾ, ਅਤੇ ਉਦੋਂ ਇਹ ਦੀਵਾਰਾਂ ਜਿਹੜੀਆਂ ਮੋਮ ਹੋਣਗੀਆਂ, ਆਉਣ ਜਾਣ ਦੇ ਰਸਤੇ ਜਿਹੜੇ ਬਣਨਗੇ। ਜਿਸ ਤਰ੍ਹਾਂ ਮੈਂ ਗੱਲ ਕਰਦਾ, ਮੈਨੂੰ ਮੇਰੇ ਉਹ ਬਜ਼ੁਰਗਾਂ ਦੀਆਂ ਗੱਲਾਂ, ਮੇਰੇ ਬਾਪ ਦੀ ਗੱਲ, ਕਿ ਉਹ ਮੇਰਾ ਬਾਪ ਕਹਿੰਦੇ ਹੁੰਦੇ, ਮੇਰੇ ਵਾਲਦ ਕਹਿੰਦੇ ਹੁੰਦੇ ਸੀ ਵੀ ਮੈਨੂੰ ਅਕਸਰ ਉਹਨਾਂ ਕਹਿਣਾ, ਯਾਰ ਕਿਤੇ ਮੈਨੂੰ ਨਾ ਪੰਜ ਉਹਨਾਂ ਦੇ ਬਜ਼ੁਰਗਾਂ ਦੀ ਦਰਗਾਹ ਉੱਥੇ ਤਾਂ ਲੈ ਚੱਲ। ਮਤਲਬ ਉਦੋਂ ਤਾਂ ਮੈਨੂੰ ਗੱਲ ਲੱਗਦੀ ਸੀ ਵੀ ਐਡੀ ਵੱਡੀ ਗੱਲ ਨਹੀਂ ਹੈ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਅਹਿਸਾਸ ਹੁੰਦਾ ਸੀ ਯਾਰ ਉਹਨਾਂ ਦੀ, ਨਾ ਮੈਂ ਉਹ ਖਾਹਿਸ਼ ਪੂਰੀ ਕਿਉਂ ਨਹੀਂ ਕੀਤੀ, ਉਹਨਾਂ ਦੀ ਖਾਹਿਸ਼ ਦੂਰੀ ਰਹਿ ਗਈ, ਕਿਤੇ ਨਾ ਕਿਤੇ ਉਹ ਮੈਨੂੰ ਦੁੱਖ ਹੁੰਦਾ, ਹਾਲੇ ਵੀ ਅੱਜ ਵੀ ਉਹ ਮਹਿਸੂਸ ਹੁੰਦਾ। ਲੇਕਿਨ
ਹੁਣ ਉਹਨਾਂ ਬਜ਼ੁਰਗਾਂ ਦੀਆਂ ਉਹਨਾਂ ਲੋਕਾਂ ਦੀਆਂ ਉਹ ਵਿਸ਼ਜ਼ ਉਹ ਖਾਹਿਸ਼ਾਂ ਪੂਰੀਆਂ ਕਰਕੇ ਮੈਂ ਆਪਣੇ ਬਾਪ ਦੀ ਖਾਹਿਸ਼ ਪੂਰੀ ਕਰਦਾ ਆਪਣੇ ਗੱਲਾਂ ਕਿਵੇਂ ਅਮਰੀਕਾ ਸੁਣ ਮੇਰੇ ਚਾਚੇ ਹੋਣੀ ਚਾਚਾ ਸਫਦਰ ਆ ਚਾਚਾ ਮਾਲਕ ਆ ਹੋਰ ਉਹਨਾਂ ਚੀਜ਼ਾਂ ਨੂੰ ਤਾਜ਼ਾ ਕਰਨ ਦੀ ਕਹਾਣੀਆਂ ਸੋ ਗਾਈਜ਼ ਇਹ ਸੀਗੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਦੇਖਿਆ ਕਿ ਨਾਸਰ ਢਿੱਲੋਂ ਵੀਰੇ ਨੇ ਆਪਣਾ ਟੋਭਾ ਟੇਕ ਸਿੰਘ ਦੀ ਜੋ ਹਿਸਟਰੀ ਹੈ ਉਹਦੇ ਬਾਰੇ ਆਪਾਂ ਨੂੰ ਜਾਣੂ ਕਰਵਾਇਆ। ਅੱਜ ਕੱਲ੍ਹ ਮੈਨੂੰ ਇਹ ਨਵੀਂ ਪਤਾ ਲੱਗੀ ਹੈ ਕਿ ਬਾਈ ਹੋਰਾਂ ਦਾ ਜੋ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਜੋ ਫਾਦਰ ਸਾਹਿਬ ਨੇ ਉਹਨਾਂ ਦੀ ਜੋ ਇੱਕ ਇੱਛਾ ਸੀਗੀ ਕਿਤੇ ਜਾਣ ਦੀ ਅਤੇ ਉੱਥੇ ਨਹੀਂ ਪਹੁੰਚ ਪਾਏ, ਤਾਂ ਹੀ ਉਹ ਕਹਿੰਦੇ ਹੁਣ ਅਸੀਂ ਜਿਹੜਾ ਪੰਜਾਬੀ ਲਹਿਰ ਯੂਟਿਊਬ ਚੈਨਲ ਦੇ ਜ਼ਰੀਏ ਬਾਕੀ ਵਿਛੜੇ ਹੋਏ ਲੋਕਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਾਕੀ ਸਹੀ ਹੈ ਯਾਰ, ਕਿਉਂਕਿ ਇਹ ਆਪਾਂ ਨੂੰ ਹੁਣ ਨਹੀਂ ਪਤਾ ਲੱਗਦਾ। ਤੁਸੀਂ ਇੱਕ ਸ਼ਾਇਦ ਫਿਲਮ ਆਈ ਸੀ ਲਾਹੌਰ ਕੀ ਫਿਲਮ ਆਈ ਸੀ ਅਮਰਿੰਦਰ ਗਿੱਲ ਭਾਜੀ ਦੀ ਜਾਂ ਕੋਈ ਹੋਰ ਸੀ, ਉਹਦੇ ਵਿੱਚ ਹੀ ਹੁੰਦਾ ਸ਼ਾਇਦ, ਉਹ ਕਹਿੰਦੇ ਹੁੰਦੇ ਆ ਕਿ ਮੈਨੂੰ ਇੰਡੀਆ ਦੇ ਵਿੱਚ ਪਰਿਵਾਰ ਦਿਖਾਇਆ ਜਾਂਦਾ ਕਿ ਮੈਨੂੰ ਉੱਧਰ ਲੈ ਚੱਲ ਜਿੱਥੇ ਮੈਂ ਛੋਟਾ ਹੁੰਦਾ ਆਪਦਾ ਬਚਪਨ ਬੀਤਿਆ ਮੇਰਾ, ਮੈਨੂੰ ਉੱਥੇ ਲੈ ਚੱਲ। ਜਿਹੜਾ ਉਹਦਾ ਦਾਦਾ ਹੁੰਦਾ ਅਮਰਿੰਦਰ ਗਿੱਲ ਦਾ ਉਹ ਕਹਿੰਦਾ ਹੁੰਦਾ, ਅਤੇ ਫਿਰ ਅਮਰਿੰਦਰ ਗਿੱਲ ਉੱਧਰੋਂ ਆ ਕੇ ਉਹਦੀ ਮਿੱਟੀ ਲੈ ਕੇ ਜਾਂਦਾ ਹੁੰਦਾ, ਮਤਲਬ ਤੁਹਾਡੇ ਲਾਹੌਰ ਆ ਕੇ ਮਿੱਟੀ ਲੈ ਕੇ ਅਤੇ ਉਹ ਆਪਦੇ ਦਾਦੇ ਨੂੰ ਦਿਖਾਉਂਦਾ ਅਤੇ ਉਸ ਤੋਂ ਬਾਅਦ ਜਿਹੜਾ ਦਾਦਾ ਖੁਸ਼ ਹੁੰਦਾ ਅਤੇ ਉਹ ਪੂਰਾ ਹੁੰਦਾ ਹੈ ਨਾ। ਉਹ ਚੀਜ਼ਾਂ ਸਾਰੀਆਂ ਯਾਰ ਇਹ ਆਪਾਂ ਨੂੰ ਨਹੀਂ ਪਤਾ ਲੱਗਦੀਆਂ, ਪਰ ਜਿਹੜੇ ਜਿਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੇ ਉੱਥੇ ਬਚਪਨ ਆਪਦਾ ਕੱਟਿਆ ਹੋਵੇ ਉਹਨਾਂ ਦੇ ਲਈ ਇਹ ਗੱਲ ਜਿਹੜੀ ਆ ਉਹ ਬਹੁਤ ਵੱਡੀ ਹੁੰਦੀ ਹੈ। ਠੀਕ ਹੈ, ਅਤੇ ਸਹੀ ਹੈ, ਸ਼ਾਇਦ ਅਸੀਂ ਉਹ ਚੀਜ਼ਾਂ ਇੰਨੀਆਂ ਜਿਹੜੀਆਂ ਨਹੀਂ ਦੇਖ ਸਕਦੇ ਜਾਂ ਮਹਿਸੂਸ ਕਰ ਸਕਦੇ, ਸ਼ਾਇਦ ਜੋ ਸਾਡੇ ਫਾਦਰ ਸਾਹਿਬ ਉਹ ਵੀ ਉਹਨਾਂ ਨਹੀਂ ਮਹਿਸੂਸ ਕਰ ਸਕਦੇ ਜਿੰਨਾ ਸਾਡੇ ਫੋਰ ਫਾਦਰ ਮਹਿਸੂਸ ਕਰਨਗੇ, ਸਾਡੇ ਦਾਦਾ ਜੀ ਆ ਜੋ ਉਹ ਮਹਿਸੂਸ ਕਰਨਗੇ। ਅਤੇ ਸਹੀ ਹੈ ਯਾਰ, ਵਧੀਆ ਸੀ ਵੀਡੀਓ, ਮੈਨੂੰ ਬਹੁਤ ਵਧੀਆ ਲੱਗੀ ਹੈ, ਕਾਫੀ ਨਵੀਆਂ ਚੀਜ਼ਾਂ ਪਤਾ ਲੱਗੀਆਂ। ਟੋਭਾ ਟੇਕ ਸਿੰਘ ਦਾ ਨਾਮ, ਟੋਭਾ ਟੇਕ ਸਿੰਘ ਕਿਉਂ ਰੱਖਿਆ, ਉਹਦਾ ਇਤਿਹਾਸ ਕੀ ਸੀਗਾ ਉਹ ਪਤਾ ਲੱਗਾ, ਅਤੇ ਸਭ ਤੋਂ ਸੋਹਣੀ ਗੱਲ ਜਿਹੜੀ ਅਸੀਂ ਹਮੇਸ਼ਾ ਅੱਗੇ ਵੀ ਜ਼ਿਕਰ ਕਰਦੇ ਹਾਂ ਆਪਣੀਆਂ ਵੀਡੀਓਜ਼ ਦੇ ਵਿੱਚ ਕਿ ਤੁਸੀਂ ਲੋਕਾਂ ਨੇ ਇਤਿਹਾਸ ਨੂੰ ਬਹੁਤ ਚੰਗਾ ਸਾਂਭਿਆ, ਪੰਜਾਬੀ ਕਲਚਰ ਨੂੰ, ਪੰਜਾਬੀ ਜ਼ਬਾਨ ਨੂੰ, ਪੰਜਾਬ ਕਲਚਰ ਦੇ ਜਿਹੜੇ ਉੱਥੋਂ ਦੇ ਜੋ ਵੀ ਇਤਿਹਾਸ ਹੈ, ਕੋਈ ਬਿਲਡਿੰਗ ਹੈ, ਕੋਈ ਜਗ੍ਹਾ ਹੈ, ਉਹਨੂੰ ਤੁਸੀਂ ਉੱਦਾਂ ਹੀ ਸਾਂਭ ਕੇ ਰੱਖਿਆ। ਅੱਗੇ ਭਾਈ ਜਰਨੈਲ ਸਿੰਘ ਆਏ ਸੀ ਸਾਡੇ ਪੋਡਕਾਸਟ ਦੇ ਵਿੱਚ, ਸਨਮੀਤ ਸਿੰਘ ਚੈਨਲ 'ਤੇ ਪੋਡਕਾਸਟ ਅਪਲੋਡ ਆ, ਉਹਨਾਂ ਨੇ ਵੀ ਉਹੀ ਗੱਲ ਕੀਤੀ, ਕਹਿੰਦੇ ਵੀ ਉੱਧਰਲੇ ਪਾਕਿਸਤਾਨ 'ਚ ਚੀਜ਼ਾਂ ਸਾਂਭੀਆਂ ਗਈਆਂ, ਕਹਿੰਦੇ ਜੇ ਅਸਲੀ ਪੰਜਾਬ ਦੇਖਣਾ ਤਾਂ ਉੱਧਰ ਜਾਓ। ਅਤੇ ਬਹੁਤ ਵਧੀਆ ਗੱਲ ਹੈ ਯਾਰ ਕਿ ਤੁਸੀਂ ਸਾਂਭਿਆ, ਸਾਡੇ ਵਾਲੇ ਅਸੀਂ ਨਹੀਂ ਸਾਂਭ ਪਾਏ। ਅੱਗੇ ਉਹਦੇ 'ਚ ਵੀ ਇਹੀ ਗੱਲ ਕਰਦੇ ਸੀ, ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਸੀ ਕਿ ਤੁਹਾਡੇ ਪਾਕਿਸਤਾਨ 'ਚ ਜਿੰਨੇ ਵੀ ਗੁਰਦੁਆਰੇ ਹੈ ਸਾਰੇ ਉਵੇਂ ਪਏ ਆ, ਸਾਂਭ ਕੇ ਰੱਖੇ ਆ। ਸਾਡੇ ਵਾਲਿਆਂ ਨੇ ਕੀ ਕੀਤਾ, ਉਹਨੂੰ ਰੈਨੋਵੇਟ ਦੇ ਚੱਕਰ ਦੇ ਵਿੱਚ ਸਾਰਾ ਚੰਗੀ ਤਰ੍ਹਾਂ ਮਤਲਬ ਇੱਕੋ ਜਿਹਾ ਕਰਤਾ, ਸਾਰੇ ਗੁਰਦੁਆਰੇ ਹੁਣ ਤੁਹਾਨੂੰ ਇੱਕੋ ਜਿਹੇ ਦਿਖਣਗੇ, ਕੋਈ ਇਤਿਹਾਸਕ ਪੱਖ ਦੇਖਣ ਨੂੰ ਮਿਲਦਾ ਹੀ ਨਹੀਂ ਸਾਨੂੰ। ਠੀਕ ਹੈ, ਅਤੇ ਉਹ ਇੱਕ ਬੜਾ ਵੱਡਾ ਫਰਕ ਹੈ ਪੰਜਾਬ ਦੇ ਵਿੱਚ, ਇੱਧਰਲੇ ਪੰਜਾਬ ਦੇ ਅਤੇ ਉੱਧਰਲੇ ਪੰਜਾਬ 'ਚ। ਅਸੀਂ ਤਾਂ ਇੱਕੋ ਹੀ ਮੰਨਦੇ ਹਾਂ ਯਾਰ। ਠੀਕ ਹੈ, ਆਹ ਬਾਈ ਨੇ ਅਗਲੀ ਗੱਲ ਬਹੁਤ ਸੋਹਣੀ ਕਹੀ ਹੈ, ਕਹਿੰਦੇ ਵੀ ਇਹ ਉਦੋਂ ਹੀ ਕਿਉਂ ਪੋਸੀਬਲ ਹੈ ਜਦੋਂ ਕਾਰਪੋਰੇਟ ਸੈਕਟਰ 'ਚ ਆਏਗਾ, ਜਦੋਂ ਕੋਈ ਨਾ ਕੋਈ ਵੱਡੇ ਪ੍ਰੋਜੈਕਟ ਆ ਗਏ ਨਾ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਆਹ ਚੀਜ਼ ਹੋਣੀ ਹੈ, ਤਾਂ ਉਦੋਂ ਜਦੋਂ ਬਿਜ਼ਨਸ ਚੱਲੂਗਾ, ਜਦੋਂ ਫਾਇਦਾ ਹੋਊਗਾ, ਉਦੋਂ ਇਹ ਚੀਜ਼ ਪੋਸੀਬਲ ਹੋਊਗੀ। ਹੁਣ ਕਿਉਂ ਨਹੀਂ ਪੋਸੀਬਲ? ਲੋਕਾਂ ਦੀਆਂ ਭਾਵਨਾਵਾਂ ਨੂੰ ਆਪਾਂ ਨਹੀਂ ਸਮਝਦੇ ਹੈ ਨਾ। ਦੇਖੋ ਆਪਣੇ ਹੱਥ 'ਚ ਪਾਵਰ ਤਾਂ ਹੈ ਨਹੀਂ, ਜਿਨ੍ਹਾਂ ਦੇ ਹੱਥ ਪਾਵਰ ਹੈ ਸ਼ਾਇਦ ਉਹਨਾਂ ਤੱਕ ਆਪਾਂ ਅਪੀਲ ਕਰ ਸਕਦੇ ਹਾਂ ਕਿ ਕੋਈ ਨਾ ਕੋਈ ਜ਼ਰੀਆ ਤਾਂ ਹੋਣਾ ਚਾਹੀਦਾ, ਕੋਈ ਨਾ ਕੋਈ ਜ਼ਰੀਆ ਤਾਂ ਕੱਢ ਸਕਦੇ ਹਾਂ ਨਾ ਕਿ ਦੋਨਾਂ ਦੇਸ਼ਾਂ ਦੇ ਜਿਹੜੇ ਲੋਕ ਆ ਉਹ ਇੱਕ ਦੂਜੇ ਵੱਲ
ਹੋ ਸਕਣ ਜਾ ਸਕਣ ਕੁਝ ਇਸ਼ੂਜ਼ ਹੈ ਜਿਹੜੇ ਉਹ ਸੋਲਵ ਹੋ ਜਾਣੇ ਚਾਹੀਦੇ ਆ ਬੈਠ ਕੇ ਅਤੇ ਆਈ ਥਿੰਕ ਉਹਦਾ ਜਿਹੜਾ ਸਹੀ ਜਿਹੜਾ ਸਿੱਟਾ ਉਹਦਾ ਨਿਕਲ ਸਕਦਾ ਬਾਕੀ ਤੁਹਾਨੂੰ ਕੀ ਲੱਗਦਾ ਥੱਲੇ ਆਪਦੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਉੱਦਾਂ ਹੀ ਵੀਡੀਓ ਦੇ ਕੇ ਚੱਲ ਜਾਂਦੇ ਹੋ ਯਾਰ ਚੈਨਲ ਸਬਸਕ੍ਰਾਈਬ ਪੱਕਾ ਕਰੋ ਤਾਂ ਜੋ ਸਾਨੂੰ ਪਤਾ ਲੱਗੇ ਕਿ ਸਾਨੂੰ ਕਿੰਨੇ ਕੁ ਲੋਕ ਦੇਖਦੇ ਆ ਅਤੇ ਮੁੜ ਮੁੜ ਆਪਣੀਆਂ ਵੀਡੀਓ ਦੇਖਿਆ ਕਰੋ ਅਤੇ ਆਪਣੀ ਫੈਮਿਲੀਜ਼ ਨੂੰ ਦਿਖਾਇਆ ਕਰੋ ਤੁਸੀਂ ਹੁਣ ਤੱਕ ਜਿੰਨੇ ਵੀ ਪੁਰਾਣੇ ਸਬਸਕ੍ਰਾਈਬਰ ਹੋ ਤੁਹਾਨੂੰ ਪਤਾ ਕਿ ਆਪਾਂ ਇਸ ਚੈਨਲ 'ਤੇ ਕਿੱਦਾਂ ਦੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਇਕੱਲੇ ਰਿਐਕਸ਼ਨ ਨਹੀਂ ਗੇ ਇੱਥੇ ਟਾਕ ਸ਼ੋਅ ਵੀ ਚੱਲਦਾ ਮਤਲਬ ਅਸੀਂ ਗੱਲਾਂ ਵੀ ਕਰਦੇ ਹਾਂ ਤੁਹਾਡੇ ਨਾਲ ਤੁਸੀਂ ਗੱਲਾਂ ਕਰਦੇ ਹੋ ਸਾਡੇ ਨਾਲ ਕਮੈਂਟਾਂ ਜ਼ਰੀਏ ਮੈਂ ਇੱਥੇ ਇੱਦਾਂ ਗੱਲਾਂ ਕਰ ਰਿਹਾ ਠੀਕ ਹੈ ਅਤੇ ਇੱਦਾਂ ਹੀ ਇੱਕ ਵਧੀਆ ਪਿਆਰ ਆ ਜਿਹੜਾ ਦੇਖਣ ਨੂੰ ਮਿਲਦਾ ਇੱਕ ਭਾਈਚਾਰਾ ਦੇਖਣ ਨੂੰ ਮਿਲਦਾ ਨਹੀਂ ਤਾਂ ਨਫ਼ਰਤ ਫੈਲਾਉਣ ਵਾਲੇ ਵੀ ਬਹੁਤ ਆ ਵਿਊਜ਼ ਦੇ ਕਰਕੇ ਹਾਈਪ ਕ੍ਰੀਏਟ ਕਰਨ ਦੇ ਲਈ ਇੱਕ ਦੂਜੇ ਨੂੰ ਮੰਦੇ ਸ਼ਬਦ ਬੋਲਣ ਵਾਲੇ ਵੀ ਬੜੇ ਆ ਅਤੇ ਪਿਆਰ ਵਾਲੇ ਸ਼ਬਦ ਬੋਲਣ ਵਾਲੇ ਵੀ ਬੜੇ ਆ ਸੋ ਪਿਆਰ ਵਾਲੇ ਜਿਹੜੇ ਸ਼ਬਦ ਬੋਲਦੇ ਆ ਉਹਨਾਂ ਨੂੰ ਦਿਖਾਇਆ ਕਰੋ ਸਪੋਰਟ ਅਤੇ ਸ਼ੇਅਰ ਕਰਿਆ ਕਰੋ ਆਪਣੀਆਂ ਵੀਡੀਓਜ਼ ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।